ਸਤਿ ਸ੍ਰੀ ਅਕਾਲ ਜੀ ਅਧਿਆਪਕ ਸਾਥੀਓ। ਪੰਜਾਬ ਭਰ ਦੇ ਵਿੱਚੋਂ ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਮਾਣਯੋਗ ਮੁੱਖ ਮੰਤਰੀ ਜਿਹੜੇ 17ਵੇਂ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਬਣੇ ਹੈ, ਅਸੀਂ ਤੁਹਾਡੇ ਅੱਗੇ ਅਪੀਲ ਕਰਨ ਦੇ ਲਈ ਐਤਵਾਰ ਨੂੰ ਆ ਰਹੇ ਹਾਂ। ਪੂਰੇ ਪੰਜਾਬ ਦੇ ਅਧਿਆਪਕ ਅਤੇ ਨਾਲ ਭਰਾਤਰੀ ਜਥੇਬੰਦੀਆਂ ਨੂੰ ਸਾਥ ਲੈ ਕੇ ਅਸੀਂ ਅਪੀਲ ਕਰਨ ਆ ਰਹੇ ਹਾਂ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਅੱਗੇ ਕਿ ਅਸੀਂ ਉਹ ਅਧਿਆਪਕਾਂ ਦੱਬੇ ਕੁਚਲੇ ਜਿਹੜੇ 18-18 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਾਂ, ਆਪਦਾ ਮਾਨਸਿਕ ਆਰਥਿਕ ਸ਼ੋਸ਼ਣ ਕਰਾ ਰਹੇ ਹਾਂ। ਸਾਡੇ ਇਸ ਕਾਰਜਕਾਲ ਦੇ ਦੌਰਾਨ ਬਹੁਤ ਸਾਰੀਆਂ ਸਰਕਾਰਾਂ ਦਾ ਜਿਹੜਾ ਸਮਾਂ ਸੀਗਾ, 3 ਸਰਕਾਰਾਂ ਅਸੀਂ ਆਪਦੇ ਹੱਥੀਂ ਬਣਾ ਲਈਆਂ, ਵੋਟਾਂ ਪਾ ਲਈਆਂ, ਸਾਨੂੰ ਲਾਰੇ ਮਿਲਿਆ, ਹਰ ਗਿਜ਼ ਲਾਰੇ ਮਿਲੇ, ਚਾਹੇ ਉਹ ਬਿਊਰੋਕਰੇਟ ਦਿੰਦੇ ਰਹੇ, ਚਾਹੇ ਪਿਛਲੀਆਂ ਸਰਕਾਰਾਂ ਦਿੰਦੀਆਂ ਰਹੀਆਂ, 10 ਸਾਲ ਉਹਨਾਂ ਦੀਆਂ ਕੁੱਟ ਖਾ ਲਈ ਅਸੀਂ, ਅਤੇ ਇਸ ਸਰਕਾਰ ਦੇ ਵੀ ਅਸੀਂ ਲਾਰੇ ਕਾਫੀ ਸੁਣ ਲਏ। ਅਤੇ ਮਾਣਯੋਗ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਆ, ਉਸ ਸਮੇਂ ਪਿਛਲੇ ਵਿਧਾਨ ਸਭਾ ਤੋਂ ਪਹਿਲਾਂ ਸਾਡੇ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਧਰਨੇ ਦੇ ਉੱਤੇ ਆ ਕੇ 2015 ਦੇ ਵਿੱਚ, ਦਸੰਬਰ 2015 ਦੇ ਵਿੱਚ ਇਹ ਕਹਿ ਕੇ ਗਏ ਸੀ ਕਿ ਵੀ ਅਸੀਂ ਆਉਂਦੇ ਹੀ ਪਹਿਲੀ ਗੌਰਮੈਂਟ ਦੇ ਵਿੱਚ, ਪਹਿਲੀ ਕੈਬਨਿਟ ਦੇ ਵਿੱਚ ਤੁਹਾਡਾ ਜਿਹੜਾ ਰੈਗੂਲਰ ਦਾ ਏਜੰਡਾ ਲੈ ਕੇ ਆਵਾਂਗੇ ਅਤੇ ਤੁਹਾਨੂੰ ਰੈਗੂਲਰ ਕਰਾਂਗੇ। ਉਹ ਪਹਿਲੀ ਤੁਹਾਡੀ ਜਿਹੜੀ ਕੈਬਨਿਟ ਸੀਗੀ ਉਹਦੇ ਵਿੱਚ ਤਾਂ ਕੀ, ਅਸੀਂ 4.5 ਸਾਲ ਤੋਂ ਤੁਹਾਡੇ ਅੱਗੇ ਅਪੀਲਾਂ ਦਲੀਲਾਂ ਕਰ ਕਰਕੇ ਥੱਕ ਹੰਬ ਗਏ, ਹਾਰ ਗਏ। ਆਹ ਪਿਛਲੇ ਸਮੇਂ 'ਚ ਕਿਸਾਨ 8,893 ਪੋਸਟਾਂ ਦਾ ਜੋ ਹੈਗਾ ਉਹ ਦਿੱਤਾ ਇਹਨਾਂ ਨੇ, ਉਹਦਾ ਵੀ ਪ੍ਰਕਿਰਿਆ ਜਿਹੜੀ ਲੰਬੀ ਹੁੰਦੀ ਨਜ਼ਰ ਆ ਰਹੀ ਆ, ਪਲੱਸ ਸਾਡੇ ਅਧਿਆਪਕਾਂ ਦੀ ਗਿਣਤੀ ਆ 13,000। ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਨੂੰ, ਜਿਹਦੇ ਉੱਤੇ ਪੂਰਾ ਪੰਜਾਬ ਨਜ਼ਰ ਟਿਕਾਈ ਹੋਈ ਆ, ਆਸਾਂ ਲਾਈ ਬੈਠਾ ਹੈ ਕਿ ਜਿਹੜਾ ਹੁਣ 3 ਕੁ ਮਹੀਨਿਆਂ ਦਾ ਲਗਭਗ ਜਾਂ 4 ਕੁ ਮਹੀਨਿਆਂ ਦਾ ਕਾਰਜਕਾਲ ਹੈਗਾ ਨਵੇਂ ਮੁੱਖ ਮੰਤਰੀ ਦਾ, ਉਹ ਪਿਛਲੇ ਸਾਰੇ ਲਾਰੇ ਆ ਜਿਹੜੇ ਸਰਕਾਰ ਦੇ ਦਿੱਤੇ ਹੋਏ ਉਹ ਪੂਰੇ ਕਰਨਗੇ। ਅਸੀਂ ਵੀ ਜਿੱਥੇ ਪੂਰਾ ਪੰਜਾਬ ਉਮੀਦ ਰੱਖਦਾ, ਅਸੀਂ ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਤੁਹਾਡੇ ਤੋਂ ਬਹੁਤ ਵੱਡੀਆਂ ਆਸਾਂ ਲੈ ਕੇ ਤੁਹਾਡੇ ਕੋਲ ਆ ਰਹੇ ਹਾਂ। ਮੋਹਾਲੀ ਵਿਖੇ ਜਿਹੜਾ ਸਾਡਾ ਧਰਨਾ ਚੱਲਦਾ ਪਿਆ ਕੱਚੇ ਅਧਿਆਪਕ ਯੂਨੀਅਨ ਪੰਜਾਬ ਦਾ, ਭਾਵੇਂ ਦੀ ਕੁਝ ਨਾਦਰਸ਼ਾਹੀ ਅਫਸਰ ਆ ਜਿਹੜੇ ਸਾਨੂੰ ਟਿਚਰਾਂ ਕਰਦੇ ਵੀ ਨਜ਼ਰ ਆਉਂਦੇ ਆ, ਅਸੀਂ ਉਮੀਦ ਰੱਖਦੇ ਹਾਂ ਤੁਹਾਡੇ ਕਾਰਜਕਾਲ ਦੇ ਵਿੱਚ, ਤੁਹਾਡੀ ਬਜ਼ਾਰਤ ਦੇ ਵਿੱਚ ਜੇ ਇਹ ਸਾਡਾ ਕੰਮ ਹੋ ਜਾਂਦਾ ਤਾਂ ਅਸੀਂ ਤੁਹਾਡਾ ਨਾਮ, ਅਸੀਂ ਤਾਂ ਕੀ ਪੂਰਾ ਪੰਜਾਬ ਤੁਹਾਡੇ, ਜੋ ਜੇ ਤੁਸੀਂ ਉਹਨਾਂ ਦੇ ਵਾਅਦਿਆਂ ਦੇ ਉੱਤੇ ਖਰੇ ਉਤਰ ਜਾਂਦੇ ਹੋ ਤਾਂ ਪੂਰਾ ਪੰਜਾਬ 17ਵੇਂ ਮੁੱਖ ਮੰਤਰੀ ਪੰਜਾਬ ਦਾ ਨਾਮ ਹੈ ਜਿਹੜਾ ਸੁਨਹਿਰੀ ਅੱਖਰਾਂ 'ਚ ਲਿਖੂਗਾ ਇਤਿਹਾਸ ਦੇ ਵਿੱਚ। ਅਸੀਂ ਉਹ ਦੱਬਿਆ ਕੁਚਲਿਆ ਵਰਗਾ ਹੈ, ਸਾਡੇ ਅਧਿਆਪਕ 18-18 ਸਾਲ ਤੋਂ 2,000, 3,000 ਤੋਂ ਚੱਲ ਕੇ ਹੁਣ 6,000 ਤੱਕ ਦਾ ਸਿਰਫ ਮਹਿਜ਼ ਤਨਖਾਹ ਲਈ ਜਾ ਰਹੀ ਆ, ਪਰ ਇੰਨੇ ਮਹਿੰਗਾਈ ਦੇ ਵਿੱਚ ਆਪਾਂ ਨੂੰ ਪਤਾ ਵੀ ਗੁਜ਼ਾਰਾ ਨਹੀਂ ਹੁੰਦਾ ਸਾਡੇ ਅਧਿਆਪਕਾਂ ਦਾ। ਉਹ ਹਾਲ ਜੋ ਅਸੀਂ ਪੂਰੀ ਅਧਿਆਪਕ ਕਮਿਊਨਿਟੀ ਦੇ ਉੱਤੇ ਦਾਗ ਲੱਗ ਜੂਗਾ ਕਿ ਜਦੋਂ ਅਸੀਂ ਇਹ ਗੱਲ ਕਹਾਂਗੇ ਪੰਜਾਬ ਦਾ ਅਧਿਆਪਕ ਜਿਹੜਾ ਪਾਰਟ ਟਾਈਮ ਝੋਨਾ ਲਾ ਕੇ ਲੋਕਾਂ ਦੇ ਕੱਪੜੇ ਧੋ ਕੇ ਪੋਚੇ ਲਾ ਕੇ ਅਜੇ ਵੀ ਆਪਦਾ ਜੀਵਨ ਬਸਰ ਕਰਦਾ, ਅਸੀਂ ਕਿਹੋ ਜਿਹੇ ਪੰਜਾਬ ਦੇ ਵਿੱਚ ਰਹਿੰਦੇ ਹਾਂ ਜਿੱਥੇ ਅਜੇ ਤੱਕ ਵੀ ਸਾਨੂੰ ਜਿਹੜਾ ਅਸੀਂ ਨੇਸ਼ਨ ਬਿਲਡਰ ਕਹਿਣ ਵਾਲੇ ਲੋਕ, ਨੈਸ਼ਨ ਬਿਲਡਰ ਵਾਲੇ ਜੋ ਨਵਾਂ ਸਮਾਜ ਸਿਰਜਣ ਵਾਲੇ ਆਪ ਅਜੇ ਰੁਲਦੇ ਫਿਰਦੇ ਆ, ਅਸੀਂ ਤੁਹਾਡੇ ਅੱਗੇ ਅਪੀਲ ਲੈ ਕੇ ਆਉਂਦੇ ਹਾਂ ਵੀ ਕਿਰਪਾ ਕਰਕੇ ਰਾਸ਼ਟਰ ਨਿਰਮਾਤਾ ਜਿਹੜਾ ਪਿਛਲੇ 18-18 ਸਾਲ ਤੋਂ ਰੁਲਦਾ ਆ ਰਿਹਾ, ਉਹਨਾਂ ਦੇ ਸੂਬਾ ਪੱਧਰੀ ਇਕੱਠ ਦੇ ਵਿੱਚ ਮਾਣਯੋਗ ਮੁੱਖ ਮੰਤਰੀ ਜੀ ਨੂੰ ਅਪੀਲ ਕਰਦੇ ਹਾਂ, ਪਹੁੰਚ ਕੇ ਤੁਸੀਂ ਸਾਡੀਆਂ ਹੱਕੀ ਮੰਗਾਂ ਨੂੰ ਸਾਡੇ ਇੱਕ ਵਾਰੀ ਸੀਨੇ ਠਾਰ ਦਿਓ, ਆ ਕੇ ਉਹਨਾਂ ਨੂੰ ਪੂਰੀਆਂ ਕਰ ਦਿਓ, ਅਸੀਂ ਜ਼ਿੰਦਗੀ ਭਰ ਤੁਹਾਡਾ ਅਹਿਸਾਨ ਨਹੀਂ ਭੁੱਲਾਂਗੇ। ਅਤੇ ਜਿਹੜੇ ਕੁਰਸੀਆਂ ਦੇ ਉੱਤੇ ਬੈਠਣ ਵਾਲੇ, ਵੱਡੇ ਮਹਿਲਾਂ ਦੇ ਵਿੱਚ ਬੈਠਣ ਵਾਲੇ ਰਾਜੇ ਦੇ ਵਜ਼ੀਰ ਸੀਗੇ, ਹੁਣ ਤੱਕ ਬਹੁਤ ਦੇਖ ਲਏ, ਅਤੇ ਗਰੀਬਾਂ ਦਾ ਮਸੀਹਾ ਬਣ ਕੇ ਆਉਣ ਵਾਲੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕਰਦੇ ਹਾਂ, ਅਧਿਆਪਕ ਵਰਗ ਤੁਹਾਡੇ ਤੋਂ ਬਹੁਤ ਆਸਵੰਦ ਹੋ ਕੇ ਤੁਹਾਡੇ ਅੱਗੇ ਅਪੀਲ ਕਰਨ ਆ ਰਿਹਾ ਐਤਵਾਰ ਨੂੰ 26 ਤਰੀਕ। ਧੰਨਵਾਦ ਜੀ।